ਚੱਲ ਕੇ ਮੇਰੇ ਕੋਲ ਆਇਆ, ਮੈਨੂੰ ਉਤਸ਼ਾਹਿਤ ਕੀਤਾ। ਔਰ ਹੋਰ ਵੀ ਕਲਾਕਾਰ ਇਸ ਤੋਂ ਉਤਸ਼ਾਹਿਤ ਜ਼ਰੂਰ ਹੋਣਗੇ ਜਦੋਂ ਕਿਸੇ ਕਲਾਕਾਰ ਦੀ ਇੱਜ਼ਤ ਹੁੰਦੀ ਹੈ। ਤਾਂ ਮੈਂ 20 ਸਾਲ ਤੋਂ ਤਕਰੀਬਨ ਕੁਛ ਨਾ ਕੁਛ ਕਰਦਾ ਆ ਰਿਹਾ ਆਰਟ ਦੇ ਨਾਲ ਸੰਬੰਧਿਤ। ਮੈਂ ਕਾਰਟੂਨਿਸਟ ਰਿਹਾ, ਪੇਪਰਾਂ ਦੇ ਵਿੱਚ ਕਾਰਟੂਨ ਬਹੁਤ ਦਿੱਤੇ। ਕਲਾਕਾਰੀ ਦੀ ਗੱਲ ਇਹ ਹੈ, ਮੈਂ ਕਿਤੇ ਸਿੱਖਿਆ ਨਹੀਂ, ਬਟ ਮੈਨੂੰ ਜੋ ਵਿਰਾਸਤ ਦੇ ਵਿੱਚ ਮਿਲੀ ਹੈ ਮੇਰੀ ਮਾਤਾ ਜੀ। ਇੱਥੇ ਮੈਂ ਆਪਣੀ ਜਗ੍ਹਾ ਦੇ ਵਿੱਚ ਕਲਚਰ ਪਾਰਕ ਦੀ ਸ਼ੁਰੂ ਆ, ਕਲਚਰ ਐਂਡ ਇੰਜੋਏ ਪਾਰਕ ਬਣਾ ਰਿਹਾ। ਇਹਦੇ ਵਿੱਚ ਜਿਹੜੀ ਤਾਂ ਬੋਡੀ ਆ, ਬੋਡੀ ਲਈ ਚਾਦਰ, ਐਂਗਲ, ਪਾਈਪ, ਵੈਸੇ ਤਾਂ ਇਹਦੇ ਵਿੱਚ ਪਾਈਪ ਅਤੇ ਚਾਦਰ ਦੀ ਜ਼ਰੂਰਤ ਹੀ ਪਈ ਹੈ ਸਰ। ਕਾਰ ਲੈ ਕੇ ਉਹਦੇ ਵਿੱਚੋਂ ਅਸੀਂ ਇੰਜਨ ਕੱਢਿਆ, ਉਹਦੇ ਵਿੱਚੋਂ ਸਮਾਨ ਥੋੜ੍ਹਾ ਥੋੜ੍ਹਾ ਕੱਢਦੇ ਗਏ, ਗੇਅਰ ਕੱਢਿਆ, ਉਹਦੇ ਵਿੱਚੋਂ ਕਲੱਚ, ਬ੍ਰੇਕ, ਉਹ ਸਿਸਟਮ ਉਸ ਤਰ੍ਹਾਂ ਕੱਢ ਕੇ ਇਹਦੇ ਵਿੱਚ ਲਗਾਉਂਦੇ ਗਏ। ਅਵਾਜ਼ੇ ਕੰਮ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਸਨੀਮਾਨ ਸਭ ਦਾ ਸਵਾਗਤ ਕਰਦਾ। ਅੱਜ ਅਸੀਂ ਪਹੁੰਚੇ ਹੋਏ ਹਾਂ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਾ ਮੰਡੀ ਦੇ ਵਿੱਚ। ਇੱਥੇ ਇੱਕ ਬਹੁਤ ਹੀ ਖੂਬਸੂਰਤ ਇਨਵੈਂਸ਼ਨ ਕਹਿ ਸਕਦੇ ਹਾਂ, ਖੋਜ ਕੀਤੀ ਹੈ ਰਾਮਪਾਲ ਸਿੰਘ ਬੈਣੀਵਾਲ ਜੀ ਨੇ। ਰਾਮਾ ਮੰਡੀ ਦੇ ਵਿੱਚ ਰਹਿ ਰਹੇ ਨੇ ਰਾਫੇਲ, ਇਹਨਾਂ ਨੇ ਇੱਕ ਬਿਲਕੁਲ ਕਾਪੀ ਮਾਡਲ ਤਿਆਰ ਕੀਤਾ, ਬਹੁਤ ਹੀ ਖੂਬਸੂਰਤ, ਜਿਹੜਾ ਨਾਲ ਨਾਲ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਆਈਡੀਆ ਆਇਆ, ਕਿਸ ਤਰ੍ਹਾਂ ਇਹਨਾਂ ਨੇ ਕਿਵੇਂ ਕੋਸ਼ਿਸ਼ ਕੀਤੀ ਪੂਰਾ ਬਣਾਉਣ 'ਤੇ। ਸਭ ਤੋਂ ਪਹਿਲਾਂ ਸਾਡੇ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਧੰਨਵਾਦ ਜੀ, ਮੈਂ ਆਵਾਜ਼ ਏ ਕੌਮ ਟੀਵੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਚੱਲ ਕੇ ਮੇਰੇ ਕੋਲ ਆਇਆ, ਮੈਨੂੰ ਉਤਸ਼ਾਹਿਤ ਕੀਤਾ। ਔਰ ਹੋਰ ਵੀ ਕਲਾਕਾਰ ਇਸ ਤੋਂ ਉਤਸ਼ਾਹਿਤ ਜ਼ਰੂਰ ਹੋਣਗੇ ਜਦੋਂ ਕਿਸੇ ਕਲਾਕਾਰ ਦੀ ਇੱਜ਼ਤ ਹੁੰਦੀ ਹੈ, ਤਾਂ ਦੂਸਰਿਆਂ ਨੂੰ ਵੀ ਇਹ ਇੱਕ ਸੰਦੇਸ਼ ਮਿਲਦਾ ਕਿ ਉਹ ਕੁਛ ਅੱਛਾ ਕਰਨਗੇ, ਉਹਨਾਂ ਦੀ ਵੀ ਇੱਜ਼ਤ ਹੋਏਗੀ। ਧੰਨਵਾਦ। ਸਭ ਤੋਂ ਪਹਿਲਾਂ ਆਪਾਂ ਮਾਡਲ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਦੇ ਹਾਂ, ਤੁਸੀਂ ਕੀ ਤੁਹਾਡਾ ਕਿੱਥੋਂ ਦਾ ਪਿਛੋਕੜ ਹੈ, ਤੁਸੀਂ ਆਪਣੇ ਬਾਰੇ ਤੁਹਾਡਾ ਕੀ ਜਿਹੜਾ ਕਾਰੋਬਾਰ ਕੀ ਹੈ ਉਹਦੇ ਬਾਰੇ ਜਾਣਕਾਰੀ। ਮੈਂ ਵੈਸੇ ਹੁਣ ਬੇਸਿਕਲੀ ਰਾਮਾ ਮੰਡੀ ਡਿਸਟ੍ਰਿਕਟ ਬਠਿੰਡਾ, ਸਾਡੀ ਤਹਿਸੀਲ ਦਮਦਮਾ ਸਾਹਿਬ ਤਲਵੰਡੀ ਸਾਹਿਬੋਂ, ਪਰ ਮੈਂ ਜੰਪਲ ਪਿੰਡ ਬਹਿਣੀ ਆਉਂਦਾ। ਮੇਰਾ ਸੁਭਾਅ ਵੀ ਅੱਜ ਕੱਲ੍ਹ ਮਤਲਬ ਹੁਣ ਵੀ ਪਿੰਡੂ ਹੀ ਆ, ਕਿਉਂਕਿ ਮੈਂ ਪਿੰਡ ਦਾ ਵਿੱਚ ਆਪਣੀ ਸੁਰਤ ਸੰਭਾਲੀ ਹੈ। ਬਹਿਣੀ ਵਾਲ ਪਿੰਡ ਮੇਰਾ ਮਾਨਸਾ ਜ਼ਿਲ੍ਹੇ ਦੇ ਵਿੱਚ ਆਉਂਦਾ, ਮੇਨ ਰੋਡ ਦੇ ਉੱਤੇ ਹੈ। ਔਰ ਮੈਂ ਜਿਹੜੀ ਇਹ ਅੱਜ ਗੱਲ ਕਰ ਕੀਤੀ ਜਾ ਰਹੀ ਆ ਆਵਾਜ਼ੇ ਟੀ ਵੀ ਵੱਲੋਂ ਵੀ ਰਫੇਲ ਦੀ ਜਿਹੜੀ ਕਾਪੀ ਕੀਤੀ ਆ, ਮਾਡਲ ਬਣਾਇਆ, ਤਾਂ ਮੈਂ 20 ਸਾਲ ਤੋਂ ਤਕਰੀਬਨ ਕੁਛ ਨਾ ਕੁਛ ਕਰਦਾ ਆ ਰਿਹਾ ਆਰਟ ਦੇ ਨਾਲ ਸੰਬੰਧਿਤ। ਮੈਂ ਕਾਰਟੂਨਿਸਟ ਰਿਹਾ, ਪੇਪਰਾਂ ਦੇ ਵਿੱਚ ਕਾਰਟੂਨ ਬਹੁਤ ਦਿੱਤੇ, ਕੌਮਿਕਸ ਦਿੱਤੀ। ਔਰ 2005 ਦੇ ਵਿੱਚ ਮੈਂ ਸਟੈਚੂ ਲਾਈਨ ਦੇ ਵਿੱਚ ਆਇਆ, ਬਾਥ ਸੋਪ, ਨਿਰੋਲ ਸੋਪ, ਹੋਮ ਮਾਡਲਿੰਗ, ਸੀਮਿੰਟ ਮਾਡਲਿੰਗ, ਕਲੇ ਮਾਡਲਿੰਗ, ਮਿੱਟੀ ਮਾਡਲਿੰਗ, ਯਾਨੀ ਕਿ ਮੈਂ ਜਿੱਥੋਂ ਤੱਕ ਮਤਲਬ ਮੈਨੂੰ ਲੱਗਦਾ ਸੀ ਕੋਈ ਮਟੀਰੀਅਲ ਮੈਨੂੰ ਮਿਲ ਜੇ ਉਹਦੀ ਮਾਡਲਿੰਗ ਕਰਨ ਤੋਂ, ਕੇਲੇ ਪੱਤੇ 'ਤੇ ਮੈਂ ਗਣੇਸ਼ ਜੀ ਦੀ ਮੂਰਤੀ ਬਣਾਈ, ਯਾਨੀ ਕਿ ਮੇਰੀ ਕੋਸ਼ਿਸ਼ ਰਹੀ ਹੈ ਕੁਛ ਨਾ ਕੁਛ ਨਵਾਂ ਕੁਛ ਪੇਸ਼ ਕਰਨ ਦੀ। ਔਰ ਇਹਦੇ ਵਿੱਚ ਕਲਾਕਾਰੀ ਦੀ ਗੱਲ ਇਹ ਹੈ, ਮੈਂ ਕਿਤੇ ਸਿੱਖਿਆ ਨਹੀਂ, ਬਟ ਮੈਨੂੰ ਜੋ ਵਿਰਾਸਤ ਦੇ ਵਿੱਚ ਮਿਲੀ ਹੈ ਮੇਰੀ ਮਾਤਾ ਜੀ ਤੋਂ ਮਿਲੀ ਆ, ਔਰ ਮੇਰੇ ਗੁਰੂ ਬਾਬਾ ਭਵਨ ਜਿਨ੍ਹਾਂ ਨੇ ਆਸ਼ੀਰਵਾਦ ਦਿੱਤਾ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਫਖਰ ਨਾਲ ਕਹਿ ਸਕਦਾ ਜੋ ਮੇਰੇ ਕੋਲ ਅੱਜ ਮੀਡੀਆ ਆ ਰਿਹਾ, ਔਰ ਫਖਰ ਨਾਲ ਕਹਿ ਸਕਦਾ ਕਿ ਮੈਂ ਕੁਛ ਅੱਛਾ ਪੇਸ਼ ਕੀਤਾ। ਸੋਰੀ, ਅਤੇ ਵਿਚਕਾਰ ਦੀ ਗੱਲ ਹੈ, ਮਾਤਾ ਜੀ ਵੀ ਤੁਹਾਡੇ ਆਰਟਿਸਟ ਰਹੇ ਨੇ? ਹਾਂ, ਉਹ ਆਰਟਿਸਟ ਇੱਦਾਂ ਰਹੇ ਨਾ ਸਿੰਪਲ, ਜਿੱਦਾਂ ਕੋਈ ਮੂਹੜੇ ਦੇ ਵਿੱਚ ਬਣਾਉਣਾ, ਡਿਜ਼ਾਇਨ ਬਣਾ ਦਿੰਦਾ, ਮੈਂ ਉਹਨੂੰ ਦੇਖਦਾ ਰਹਿੰਦਾ। ਚੁੱਲ੍ਹੇ ਬਣਾਉਣਾ, ਉਹਦੇ ਵਿੱਚ ਕੋਈ ਬੜੀਆਂ ਡਿਜ਼ਾਇਨ ਬਣਾਉਣੇ, ਉਹ ਡਿਜ਼ਾਇਨ ਨੂੰ ਦੇਖ ਦੇਖ ਕੇ ਮੇਰੇ ਮਾਇੰਡ ਦੇ ਵਿੱਚ ਇੱਕ ਡਿਜ਼ਾਇਨਿੰਗ ਬੈਠ ਗਈ। ਔਰ ਮੈਂ ਸ਼ੁਰੂ ਤੋਂ ਬਚਪਨ ਤੋਂ ਕੁਛ ਨਾ ਕੁਛ, ਕਦੇ ਕੁਛ ਮਿੱਟੀ ਚੁੱਕਣੀ, ਕਦੇ ਕੁਛ ਬਣਾ ਲਿਆ, ਕਦੇ ਕੁਛ, ਇੱਦਾਂ ਮੇਰਾ ਬਚਪਨ ਤੋਂ ਸੁਭਾਅ ਜਿਹਾ ਰਿਹਾ। ਡਰਾਇੰਗ ਦਾ ਮੇਰਾ ਅੱਛਾ ਰਿਹਾ, ਮਤਲਬ ਮੈਂ ਡਰਾਇੰਗ ਕਰਦਾ ਸੀ, 6ਵੀਂ ਕਲਾਸ ਸਾਡੀ ਡਰਾਇੰਗ ਲੱਗੀ, ਤਾਂ ਬੜਾ ਅੱਛਾ ਮੇਰੀ ਡਰਾਇੰਗ ਰਹੀ ਹੈਗੀ। ਤਾਂ ਹੁਣ ਗੱਲ ਜੋ ਅੱਜ ਫਿਰ ਦੁਬਾਰਾ ਜੋ ਸ਼ੁਰੂ ਹੋਈ ਹੈ ਮਾਡਲ ਦੀ, ਪੰਜਾਬ ਰਫੇਲ ਰੱਖਿਆ ਦਾ ਨਾਮ, ਕਿਉਂਕਿ ਮੈਂ ਪੰਜਾਬੀ ਹਾਂ, ਪੰਜਾਬ ਨਾਲ ਜੁੜਿਆ, ਉਹ ਸਾਨੂੰ ਪੰਜਾਬ ਨਾਲ ਬੜਾ ਪਿਆਰ ਆ। ਔਰ ਦੂਸਰੀ ਗੱਲ, ਇਹਦੀ ਪੈਦਾਇਸ਼ ਹੋਈ ਉਹ ਹੋਈ, ਮੈਂ ਇੱਥੇ ਰਾਮਾ ਮੰਡੀ ਦੇ ਵਿੱਚ ਆਪਣਾ ਕਲਚਰ ਪਾਰਕ ਬਣਾ ਰਿਹਾ। ਮੇਰੀ ਇੱਛਾ ਰਹੀ ਆ ਬਈ ਮੈਂ ਆਪਣੀ ਮੰਡੀ ਲਈ ਕੁਛ ਕਰਾਂ, ਕਿਉਂਕਿ ਮੈਂ ਬਾਹਰ ਅੰਦਰ ਘੱਟ ਗਿਆ, ਔਰ ਬਾਹਰ ਅੰਦਰ ਜਾਣ ਦੀ ਮੇਰੀ ਚਾਹਤ ਵੀ ਘੱਟ ਰਹੀ ਵੀ ਮੈਂ ਆਪਣੀ ਮੰਡੀ ਲਈ ਕੁਛ ਕਰਾਂ। ਇੱਥੇ ਮੈਂ ਆਪਣੀ ਜਗ੍ਹਾ ਦੇ ਵਿੱਚ ਕਲਚਰ ਪਾਰਕ ਦੀ ਸ਼ੁਰੂਆਤ, ਕਲਚਰ ਐਂਡ ਇੰਜੋਏ ਪਾਰਕ ਬਣਾ ਰਿਹਾ, ਜਿਹਦੀ ਸ਼ੁਰੂਆਤ ਕਰ ਰਿਹਾ ਸੀ। ਔਰ ਸ਼ੁਰੂਆਤ ਮੇਰੀ ਹੋਈ ਆ ਜੋ ਇਸ ਰਫੇਲ ਮਾਡਲ, ਪੰਜਾਬ ਰਫੇਲ ਤੋਂ ਹੋਈ। ਔਰ ਸਭ ਤੋਂ ਵਧੀਆ ਮੇਰੀ ਖੁਸ਼ੀ ਲਈ ਗੱਲ ਹੈ, ਕਿਉਂਕਿ ਮੈਂ ਜੋ ਮਾਡਲਿੰਗ ਸ਼ੁਰੂ ਕੀਤੀ ਔਰ ਬੜੀ ਅੱਛੀ ਸ਼ੁਰੂ ਹੋਈ।
और अगे भी मेरी इच्छा मतलब कोशिश रहूगी, इच्छा भी है कि वो बहुत यहोजे मॉडल पेश करा जेडे कोई आम तौर पर देखने नहीं मिलते, जेडे जिदे कोई बच्चों शिक्षा भी मिले, इंजॉय भी हो गए और सेहत न संबंधित भी हो, जी मेरी कोशिश है। हूँ दोबारा फिर जो अजे रफेल मॉडल की गल चली तो यह जरूर पूछा जा रहा मैं बार बार, मैं वह जवाब दे दिना कि यह तुहाडे दिमाग किवें आया कि रफेल न चलता कर दिए, रफेल टाइम मॉडल न रोड के उत्ते चलता कर दिए। तो जब रफेल आया बाजार अपना अंबाला उतरिया, साढ़े रिस्पैक्टड प्रधानमंत्री मोदी साहब ने यदि जिक्र किया और टीवी पर देखा और मैं वीडियो देखे वो स्नैप्स देखे, वो मैं दो खासियत एक नवी लगिया। जहाज बहुत न जहाज बनाए जा सकते हैं पर यह जहाज बना इस तरह का ख्याल क्यों आया, ये मैं की दिखा? इस मैं कुछ गल् नवी दिसिया, एक तो ये पंख पिछे पिछे होने करके मैं अगे बारियां लगा और सीटा लगा जो एक ड्राइंग सौखा हो गया। दूसरा सी उपरों ओपन ओपन दे देखो मैं बना रहा मनोरंजन लई तां बैठने वाला की चाहता है कि वह दिखे, जहाज भी दिखे और खुद भी दिखे, ये दोनों गलों की खासियत मैं दिखी। और तीसरी गल की सी डिजाइनिंग जो मैं अपने दिमाग से बनानी शुरू की, उस बड़िया गल् की सी कि मैं एक सिंपल वर्कशॉप के तैयार करूँगा। मैं इतने पहला प्रदीप जी अपने इंजन भी बना चुके हैं और साढ़े रामा मंडी के ना अच्छे बंदे अच्छे मैकेनिकल, और मैं उन्होंने तो एयरफेल का जो डिजाइन तैयार करके उन्हें अगर रखा तो डिजाइन भी उसको तैयार किया। तो वो की सी कि सिंपल वर्कशॉप के सिंपल ही मैं एक कलाकार हाँ तो वो कोई दिक्कत ना आए, उन्होंने बनाया भी जाए और इन्हें शुरू करने तो बाद एंड तक इन्होंने बनाया, यही ये कोई दिक्कत नहीं है, जो मनोरंजन न बना बनाया डिजाइनिंग उतना तैयार की भी ये दिखे जहाज और सौखा हो जाए, और इन्हों मैं चौरस टाइप थोड़ा जहा बनाया और गुलाई टाइप भी दिता इन्हें। फिर ये इंजन की सी इंजन मैं अपने माइंड के रखा भी इन पिछे फिट करा, तो इंजन लिए जगह निकल गई सीटा के पैक सैड के, वो फायदे की सी कि अगों ये जगह नहीं बन रही सी तिखा सी पिछे ही जगह बननी सी, और दूसरा सी मैं उन्होंने सीट के थले भी नहीं लगाना चाहता सी क्योंकि कोई सवारी जो बैठा है उन्होंने कोई किसी वेले कोई परेशानी ना हो पिछे रखना चाहते सी। फिर वो बड़िया गल् की सी कि स्पीड घटानी है, वो गरारियां छोटिया बड़िया पा के चैन सिस्टम पा के यदि स्पीड घटाई गई। फिर वो कि एक नवी गल आई बनाते बनाते डिजाइन इन तैयार करने तो पहला कि सीटा जे उच्चिया रख देगी तो यह ब्याह शादी के बड़ा वधिया काम आ सकता, मनोरंजन के तौर पर जिस तरह साढ़े घोड़ा बग्घी लेके जाते हैं तो भी पैलेस तो बाहर अंदर जा बहरों अंदर जाने वास्ते जो नवा ब्याहन वाला लाड़ा है वो बैठ के अंदर जा सके, अपनी दुल्हन नाल बाहर भी आ सके, तो वह सीटा उच्चिया रखी गई मैं दोनों लिए बड़ी छूट रही। कल्चर पार्क में घूमने वाले भी वधिया लगी और अगली सीट मैं नीवी रखी ताकि जो पायलट है चलाने वाला वो ज़्यादा दिक्कत देने की जरूरत नहीं सी क्योंकि पिछे डी आई पी असं पिछे बिठाने उन्होंने ज़्यादा दिक्कत है। तो ये स्पीड घटाई गई गरारियां पा के 15-20 किलोमीटर की स्पीड दिती गई और ये फिर लाइटिंग का काम किया गया, कलर का काम किया गया, अगले टायर ये मरुति दे पाए गए क्योंकि अगे टायर सानू ज़्यादा मोटे ठीक नहीं छूट बैठ रहे, बड़े टायर उन्होंने कटाई देनी सी, पिछे टायर असी जो सी इंडको कार दे पाए ताकि थोड़ी जी हैवी टायर पै जान, वेट पिछे ज़्यादा सी करके हैवी टायर पाए। मैं बकायदा अलग थोड़े सवाल करना सी कि समान की वरतों की गई की समान है सी? हाँ ये जिहड़ी तो बॉडी है, बॉडी लई चादर एंगल पाइप, वैसे तो ये पाइप तो चादर की जरूरत ही पी है सर मेन सरिया, उस तो बाद मरुति की असी मरुति कार लेती पुरानी कार लेके असी इंजन कढ़िया वो समान थोड़ा थोड़ा कढ़ते गए, गेयर कढ़िया वो क्लच ब्रेक वो सिस्टम उस तरह कढ़ के ये लगाते गए। ये हेमराज कुवाड़िए भी मैं जी मेरे दोस्त हैल्प की लड़ पी वो समान मंगाते रहे, इतने साढ़े नाथा जी है ना कुआड़िया उन्होंने को भी लौट पी, यानी कि सूँ ए नव समान खरीद की लड़ घट पी है,
ਪੁਰਾਣਾ ਸਮਾਨ ਹੀ ਲਿੱਤਾ ਗਿਆ ਜ਼ਿਆਦਾ, ਜਿੱਦਾਂ ਕੋਈ ਟਾਇਰ ਲਿੱਤੇ ਨੇ ਇਹ ਵੀ ਮੈਂ ਪੁਰਾਣੇ ਲਿੱਤੇ ਨੇ, ਜਿੱਦਾਂ ਕੋਈ ਇਹਦੇ ਵਿੱਚ ਕੋਈ ਅੱਗੇ ਸਟੇਅਰਿੰਗ ਲਈ ਕੀ ਸੀ ਸਾਨੂੰ ਇੱਕ ਨਵਾਂ ਕੁਛ ਕਰਨਾ ਸੀ, ਮੈਂ ਇਹਦੇ ਵਿੱਚ ਦੀ ਮੈਂ ਤੁਹਾਨੂੰ ਦੱਸਦਾ ਜੋ ਇੰਜਨ ਦੀ ਜਿੱਦਾਂ ਕੁਲਦੀਪ ਜੀ ਤੋਂ ਵਰਕਸ਼ਾਪ ਔਰ ਇੰਜਨ ਮਕੈਨਿਕੀ ਜੋ ਸੀ ਸਾਡੇ ਸੇਵਕ ਜੀ ਮਿਸਤਰੀ ਹੈਗੇ ਨਾ ਉਹਨਾਂ ਦੀ ਰਾਏ ਲਿੱਤੀ ਉਹਨਾਂ ਨੇ ਰੱਖਿਆ, ਤਾਂ ਉਹਦੇ ਵਿੱਚ ਕੀ ਸੀ ਵੀ ਗੇਅਰ ਸਿਸਟਮ ਅੱਗੇ ਲੈ ਕੇ ਜਾਣਾ ਸੀ, ਤਾਂ ਉਹ ਗੇਅਰ ਸਿਸਟਮ ਨੂੰ ਉੱਦਾਂ ਹੀ ਪਾਈਪਾਂ ਵਧਾ ਕੇ ਅੱਗੇ ਲੈ ਕੇ ਗਏ, ਇਹਦੇ ਵਿੱਚ ਉੱਦਾਂ ਹੀ ਮਰੂਤੀ ਦਾ ਜਿੱਦਾਂ ਮਰੂਤੀ ਦੇ ਗੇਅਰ ਪੈਂਦੇ ਉੱਦਾਂ ਹੀ ਇਹਦੇ ਗੇਅਰ ਪੈਂਦੇ ਨੇ, ਔਰ ਜਿੱਦਾਂ ਮਰੂਤੀ ਨੂੰ ਰੇਸ ਦਿੱਤੀ ਜਾਂਦੀ ਹੈ ਜਿੱਦਾਂ ਕੱਚ ਦੱਪਿਆ ਜਾਂਦਾ ਜਿੱਦਾਂ ਬ੍ਰੇਕ ਲੱਗਦੇ ਨੇ ਉਹ ਹੀ ਸਭ ਕੁਛ ਕੀਤਾ ਗਿਆ। ਸਟੇਅਰਿੰਗ ਲਈ ਸਾਨੂੰ ਥੋੜ੍ਹਾ ਜਿਹਾ ਜ਼ਰੂਰ ਸੋਚਣਾ ਪਿਆ, ਸਟੇਅਰਿੰਗ ਲਈ ਜੀਪ ਦਾ ਇੱਕ ਸਟੇਅਰਿੰਗ ਦਾ ਬਕਸਾ ਮੰਗਾਉਣਾ ਪਿਆ ਕਿਉਂਕਿ ਉਹਦੇ ਵਿੱਚ ਮਰੂਤੀ ਦਾ ਸਟੇਅਰਿੰਗ ਨਹੀਂ ਹੁੰਦਾ ਸੀਗਾ, ਤਾਂ ਇਹ ਇਹਦੀ ਲਗਭਗ ਕਹਾਣੀ। ਇਹਦੇ ਵਿੱਚ ਫਿਰ ਕਮਾਣੀਆਂ ਫਿੱਟ ਕੀਤੀਆਂ ਗਈਆਂ ਜੀਪ ਤੋਂ, ਉਹ ਮੈਂ ਡਬਲ ਤੋਂ ਲੈ ਕੇ ਆਇਆ ਤਾਂ ਕਿ ਇਹਨੂੰ ਥੋੜ੍ਹੀ ਜੰਪਿੰਗ ਦੀ ਜ਼ਰੂਰਤ ਸੀ, ਸ਼ੋਕਰਿੰਗ ਲਾਈ ਗਈ ਤਾਂ ਕਿ ਇਹ ਚੱਲੇ ਅਤੇ ਇਹਦੇ ਵਿੱਚ ਬੈਠਣ ਵਾਲੇ ਨੂੰ ਥੋੜ੍ਹਾ ਜਿਹਾ ਇੰਜੋਏ ਹੋਵੇ, ਉਹਨੂੰ ਜੰਪਿੰਗ ਮਿਲੇ, ਨਹੀਂ ਤਾਂ ਦੇਖੋ ਇਹਨੂੰ ਬੈਠਣ ਵਾਲੇ ਨੂੰ ਝਟਕੇ ਲੱਗਣੇ ਸੀ। ਦੂਸਰਾ ਇਹਦੇ ਵਿੱਚ ਸੀਟਾਂ ਸੀ ਜੋ ਉਹ ਮਰੂਤੀ ਦੀਆਂ ਸੀਟਾਂ ਅਲੱਗ ਅਲੱਗ ਕਰਕੇ ਫਿੱਟ ਕੀਤੀਆਂ ਤਾਂ ਕਿ ਬੈਠਣ ਵਾਲੇ ਜਿਹੜੇ ਸੀ ਆਪਣੇ ਅਲੱਗ ਅਲੱਗ ਬੈਠ ਸਕਣ, ਉਹ ਸੀਟਾਂ ਨੂੰ ਅੱਗੇ ਪਿੱਛੇ ਕਰਨਾ ਕਿਸੇ ਨੇ ਅੱਗੇ ਪਿੱਛੇ ਕਰ ਸਕਣ, ਇਹ ਚੀਜ਼ ਜੋ ਸੀ। ਇਹਦੀ ਜਿਹੜੀ ਪੂਰੀ ਲਾਗਤ 'ਤੇ ਕਿੰਨਾ ਖਰਚਾ ਆਏਗੀ? ਇਹ ਤਾਂ ਲਗਭਗ ਮੇਰਾ 2.5-3 ਲੱਖ ਰੁਪਇਆ ਖਰਚ ਹੋ ਗਿਆ ਕਿਉਂਕਿ ਕੁਛ ਖਰਚੇ ਜ਼ਿਆਦਾ ਐਕਸਟਰਾ ਆਈਟਮ ਬਣਾਉਣੇ ਆ ਉਹਤੇ ਖਰਚੇ ਜ਼ਿਆਦਾ ਹੋ ਜਾਂਦੇ ਨੇ ਕਿਉਂਕਿ ਕੋਈ ਵੀ ਕੰਮ ਕਰਾਉਣਾ ਉੱਥੇ ਟਾਈਮ ਜ਼ਿਆਦਾ ਲੱਗਦਾ ਇੱਦਾਂ ਦੇ ਕੰਮਾਂ 'ਤੇ, ਤਾਂ ਕਰਕੇ ਇਹਦੇ ਉੱਤੇ ਮੇਰਾ 2.5-3 ਲੱਖ ਰੁਪਇਆ ਲੱਗ ਗਿਆ। ਜਿਹੜਾ ਤੁਸੀਂ ਦੱਸਿਆ ਕਿ ਕਲਚਰ ਪਾਰਕ ਬਣਾਉਣ ਜਾ ਰਹੇ ਉਹਦੇ ਵਿੱਚ ਹੋਰ ਕੀ ਤੁਸੀਂ ਸਮਾਨ ਮਤਲਬ ਰੱਖੋਗੇ ਜਾਂ ਕੀ ਕੋਈ ਵਿਰਾਸਤ ਚੀਜ਼ਾਂ ਹੋਣਗੀਆਂ ਜਾਂ ਕੋਈ ਵੱਖਰੀਆਂ ਜਿਵੇਂ ਤੁਸੀਂ ਵੱਖਰੀ ਚੀਜ਼ ਬਣਾਈ ਇਸ ਤਰ੍ਹਾਂ ਚੀਜ਼ਾਂ ਹੋਣਗੀਆਂ? ਨਹੀਂ, ਉਹਦੇ ਵਿੱਚ ਇਹ ਆ ਵੀ ਮੈਂ ਕੁਛ ਫਿਲਮੀ ਸੀਨ ਵੀ ਪੇਸ਼ ਕਰ ਰਿਹਾ, ਮੈਂ ਕੁਛ ਕਸ਼ਮੀਰੀ ਜਿੱਦਾਂ ਕਸ਼ਮੀਰ ਦਾ ਨਜ਼ਾਰਾ ਹੈ ਉਹ ਵੀ ਪੇਸ਼ ਕਰ, ਮੇਰੇ ਕੋਲ ਜਗ੍ਹਾ ਤਾਂ ਵੈਸੇ ਘੱਟ ਆ, ਮੈਂ ਵੀ ਇਹਨੂੰ ਮਹਿਸੂਸ ਕਰਦਾ, ਪਰ ਜਦੋਂ ਅਸੀਂ ਕੁਛ ਬਣਾਉਣ ਤੁਰਦੇ ਹਾਂ ਤਾਂ ਉਹਦੇ ਵਿੱਚ ਜਿੱਦੀਆਂ ਪਿਕਚਰਾਂ ਬਣਦੀਆਂ ਨਾ ਉਹਨੂੰ ਉੱਦਾਂ ਉਹਦੇ ਲਈ ਜਗ੍ਹਾ ਦੀ ਫਿਰ ਸੈਟਿੰਗ ਕਰਨੀ ਪੈਂਦੀ ਆ ਕਿ ਇਹਨੂੰ ਉੱਪਰ ਨੀਚੇ ਕਰਾਂਗੇ, ਤਾਂ ਕੁਛ ਮੈਂ ਟੀ ਵੀ ਪ੍ਰੋਗਰਾਮ ਚੱਲ ਰਹੇ ਨਾ ਉਹਦੇ ਕੁਛ ਸੀਨ ਪੇਸ਼ ਕਰਨੇ ਨਾ, ਫਿਰ ਮੈਂ ਇਹਦੇ ਵਿੱਚ ਸਾਡੇ ਰਿਸਪੈਕਟਡ ਜਿਨ੍ਹਾਂ ਨੂੰ ਅਸੀਂ ਬੜੀ ਸ਼ਰਧਾ ਨਾਲ ਯਾਦ ਕਰਦੇ ਹਾਂ ਸਾਡੇ ਸ਼ਹੀਦ, ਉਹਨਾਂ ਦੇ ਕੁਛ ਸੀਨ ਪੇਸ਼ ਕਰਨੇ ਨਾ, ਫਿਰ ਸਾਡੇ ਕੁਛ ਰਿਸਪੈਕਟਡ ਦੇਖੋ ਪ੍ਰਾਈਮ ਮਿਨਿਸਟਰ ਜੀ ਹੋਏ, ਸਾਰੇ ਰਿਸਪੈਕਟਡ ਹੀ ਨੇ ਸਾਡੇ ਲਈ, ਔਰ ਸਾਡੇ ਮੁੱਖ ਮੰਤਰੀ ਹੋਏ, ਉਹਨਾਂ ਦੀ ਪੇਸ਼ਕਾਰੀ ਕਰਨ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਇਹ ਮੁੱਖ ਮੰਤਰੀ ਕੌਣ ਕਦ ਹੋਏ ਆ, ਇਹ ਰਾਸ਼ਟਰਪਤੀ ਸਾਹਿਬ ਕਦ ਹੋਏ, ਇਹ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਜੀ ਇਹ ਕਦ ਆਏ, ਕੌਣ ਕੀ ਹੈ, ਤਾਂ ਕੁਛ ਹੋ ਸਕਦਾ ਉਹਦੇ ਵਿੱਚ ਮੈਂ ਜਿੱਦਾਂ ਕੋਈ ਸਾਡੇ ਗਾਇਕ ਖਾਸ ਕਰਕੇ ਮੈਂ ਇਸ ਤੋਂ ਪਹਿਲੇ ਵੀ ਮੇਲਾ ਲਾ ਚੁੱਕਿਆ ਕੁਲਦੀਪ ਮਾਨਕ ਜੀ, ਔਰ ਇੱਕ ਵੱਡੀ ਇੱਛਾ ਰਹੀ ਹੈ ਮੇਰੀ ਉਸਤਾਦ ਜਮਲਾ ਚੱਲ, ਔਰ ਇੱਕ ਵੱਡੀ ਇੱਛਾ ਰਹੀ ਆ ਸਾਡੇ ਸੁਰਿੰਦਰ ਕੌਰ ਪੰਜਾਬ ਦੀ ਕੋਇਲ, ਔਰ ਇੱਕ ਲਾਟੇਸਟ ਸਾਡੇ ਰਿਸਪੈਕਟਡ ਬਹੁਤ ਹੀ ਸਰਦੂਲ ਸਿਕੰਦਰ, ਇਹ ਸਭ ਤੋਂ ਮਤਲਬ ਚਲੇ ਗਏ ਨਾ ਸਾਡੇ ਕੋਲੋਂ, ਤਾਂ ਇਹਨਾਂ ਦੇ ਮਾਡਲ ਮੈਂ ਪਹਿਲੇ ਵੀ ਵੱਡੇ ਬਣਾ ਚੁੱਕਿਆ, ਹੁਣ ਵੀ ਉਹ ਮਾਡਲ ਇੱਦਾਂ ਲਗਾਉਣੇ ਨਾ ਕਿ ਵੀ ਉੱਥੇ ਇੱਕ ਮੇਲੇ ਦੀ ਤਰ੍ਹਾਂ ਮੇਲਾ ਲੱਗੇ ਛੋਟਾ ਜਿਹਾ, ਔਰ ਜਦ ਵੀ ਕੋਈ ਗਾਇਕ ਚਾਹੁਣ ਉੱਥੇ ਆ ਕੇ ਆਪਣਾ ਜੋ ਹੈ, ਇਹ ਇੱਕ ਬੜਾ ਵੱਡਾ ਵੱਡੇ ਇੱਕ ਸਾਡੀ ਸੱਭਿਅਤਾ ਗਾਇਕੀ ਵੀ ਉਹ ਗਾਇਕੀ ਵੀ ਪੇਸ਼ ਹੋ ਸਕੇ, ਇੱਦਾਂ ਇੱਦਾਂ ਕਰਕੇ ਮੇਰੇ ਮਨ 'ਚ ਉਹ ਵਿਚਾਰ ਅੱਜ ਤਾਂ ਇਹ ਹੈਗੇ ਨੇ, ਹੋਰ ਵੀ ਕੀ ਆ ਨਵਾਂ ਕਰਨ ਵਾਸਤੇ ਮਾਇੰਡ ਦੇ ਵਿੱਚ ਬਹੁਤ ਕੁਛ ਆਉਂਦਾ ਰਹਿੰਦਾ, ਪਰ ਮੈਂ ਜੇ ਹੁਣ ਕੋਈ ਜ਼ਿਆਦਾ ਗੱਲਾਂ ਕਰੂੰਗਾ ਤਾਂ ਫਿਰ ਉਹਦੀ ਵਜ੍ਹਾ ਇਹ ਆ ਵੀ ਪਹਿਲਾਂ ਕੁਛ ਕੀਤਾ ਜਾਏ ਅਤੇ ਉਸ ਤੋਂ ਬਾਅਦ ਫਿਰ ਅੱਗੇ ਚਲਾਇਆ ਜਾਏ। ਤਾਂ ਜਦ ਇਹ ਮਾਡਲ ਜੋ ਪੰਜਾਬ ਰਫੇਲ ਬਣਾਇਆ ਕਾਫੀ ਫੇਮਸ ਹੋਇਆ, ਔਰ ਮੇਰੇ ਕੋਲ ਫੋਨ ਬੜੇ ਆਉਣ ਲੱਗੇ, ਤਾਂ ਇੱਕ ਮੇਰੇ ਕੋਲ ਫੋਨ ਆਇਆ ਬਠਿੰਡੇ ਤੋਂ ਭੀਮ ਜਨ ਜੀ ਦਾ, ਉਹਨੇ ਕਿਹਾ ਕਿ ਮੈਂ 4 ਸਾਲ ਤੋਂ ਬੈੱਡ 'ਤੇ ਪਿਆ ਔਰ ਮੈਂ ਸੂਰਜ ਨਹੀਂ ਦੇਖਿਆ, ਵੀਰ ਜੀ ਮੇਰੇ ਲਈ ਵੀ ਕੁਛ ਜ਼ਰੂਰ ਕਰੋ, ਤਾਂ ਮੈਨੂੰ ਬੜਾ ਇੱਕ ਇਮੋਸ਼ਨਲ ਜਿਹਾ ਹੋਇਆ, ਮੈਂ ਰਾਤ ਨੂੰ ਮੈਂ ਜਦ ਸੋਚਿਆ ਤਾਂ ਉਹਦਾ ਇੱਕ ਅੱਛਾ ਡਿਜ਼ਾਇਨ ਸਾਹਮਣੇ ਆ ਗਿਆ ਕਿ ਵੀ ਇਹ ਹੋ ਸਕਦਾ, ਸੰਭਵ ਆ ਕਿ ਇੱਕ ਬੈੱਡ 'ਤੇ ਪਿਆ ਬੰਦਾ ਵੀ ਬਾਜ਼ਾਰ ਜਾ ਸਕਦਾ ਆਪਣੇ ਆਪ ਬਿਨਾਂ ਸਹਾਰੇ ਤੋਂ, ਤਾਂ ਡਿਜ਼ਾਇਨਿੰਗ ਤਾਂ ਮੈਂ ਕੁਛ ਤਿਆਰ ਕਰ ਲਈ ਆਪਣੇ ਮਾਇੰਡ ਦੇ ਵਿੱਚ, ਪਰ ਮੈਨੂੰ ਉਹਦੇ ਲਈ ਵਰਕਸ਼ਾਪ ਦੀ ਵੀ ਲੋੜ ਆ, ਔਰ ਕੋਈ ਕੰਪਨੀ ਜਾਂ ਵਰਕਸ਼ਾਪ ਕੋਈ ਇੱਦਾਂ ਦੀ ਕੋਈ, ਇਹ ਮੈਂ ਆਵਾਜ਼ ਕੌਮ ਥਰੂ ਇੱਕ ਰਿਕੁਐਸਟ ਜਾਂ ਮਤਲਬ ਮੈਂ ਇੱਕ ਆਪਣੇ ਵੱਲੋਂ ਚਾਹੁੰਦਾ ਕਿ ਮੈਂ ਕੁਛ ਕਰਨਾ ਚਾਹੁੰਦਾ, ਕੁਛ ਨਾ ਕੁਛ ਲੋਕ ਵੀ ਕਰਨਾ ਚਾਹੁੰਦੇ, ਉਹ ਕੁਛ ਕਰਨਾ ਮੇਰੇ ਹੈਲ ਸਪੋਰਟ ਕਰਨ,
ताकि उन्हों कुछ अच्छा रूप दे सकीए और बहुत सारे लोगों का ये जो घर पे न हस्पताल पे न उन्हों का हो सकता उन्होंने एक बहुत अच्छी कोई आइटम तैयार कर सकी और फायदा हो जाए। और मैं अगे फिर गल करदा अपने एयरफेल नाल जुड़ी भी ये जो मैं आर्ट तैयार करता आ रहा जरूरत होंगे सानू सहयोग दिया और मैं मेरे बेटे का बड़ा सहयोग आशु कुमार अश्विनी है नाम बड़ा सहयोग है और मंडी का मैं सहयोग मिल रहा प्यार मिल रहा प्यार और सहयोग नाल जो है एनर्जी बन मिलती है। और दूसरा कल्चर पार्क के भी मेरी ये कोशिश है कि उत्थे एक अच्छा प्लेटफॉर्म यह जो बन जाए जिथे कोई बच्चे जिन्हें अंदर टैलेंट है वह आके अपना कुछ पेशकारियाँ कर सकन जिन्नी मैं उन्होंने कोई हैल्प कर सकिया मैं करा करने की इच्छा है ताकि कोई अच्छे बच्चे अगे बढ़ सके। सो असी गलबात कर रहे हैं कलाकार रामपाल जी के नाल बहुत ही वधिया कलाकारी जिहड़े करदे ने असी होर भी मॉडल इन्होंने दस्सिया कि तैयार कर रहे हैं एक आह मॉडल असी देख रहे हैं सामने इन्होंने वालों तैयार किया है सारे दे बारे दो जानकारी। हाँ ये मैं साढ़े रामा मंडी के एक बड़ा अच्छा दावत ढाबा बनया हुआ और इतने मैं ये हाथी के बच्चे का मॉडल बना रहा जिन्हों मैं गणेश जी का नाम दिता है और ये बारे की है पहला मैं इन मिट्टी का तैयार किया और मैं अपने वालों जो मैं तैयार किया उद जानकारी दे रहा मिट्टी का तैयार करके बड़ा सौखे तरीके कर एक मैं तरीका लभ्या मिट्टी लाल मिट्टी के थोड़ी चीकनी मिट्टी मिक्स करके इनू खड़ा किया गया खड़ा करके उस तो बाद कटिंगा की गई ये चो लत्त क्ढ़िया गई पेट क्ढ़िया गया अगों असी सरिए थोड़े पा के इनू एक कच्चे तौर देते ये सुंड तैयार की क्योंकि ये थोड़ी जी नर्सी के टुटना चाहिए ये पार्ट का कोई ज़्यादा गल नहीं इन्हें सरिए तो पाए एक एक बट ये ज़्यादा कोई जरूरत नहीं सी तो उस तो बाद असी इनू फिर हम ठीक कर ली ये बारिशा पईया ता कि अंदरों पक जाए हूँ मिट्टी बिल्कुल पक चुकी सी तो फिर इनू की किया बिल्कुल ये तराशी नाल नाल करी गए और नाल नाल ये उत्ते सीमेंट की इन्नी क मोटी लेयर देनी शुरू की ताकि बारिश नाल ना खराब हो और इस टाइम बिल्कुल चंगे तरीके नाल पक चुकी है। देखो ये उत्ते लेयर भी ज़्यादा मोटी और ये उत्ते बच्चे खेल सकते हैं इंजॉय भी कर सकते हैं इन्हां दी पूजा भी कर सकते हैं तो इस दे विच मेरा की रह गया इस तो बाद इनू एक सुंड जो है इदा बनानी है मैं ये तुहानू पिक्चर भी दिखा दिना जिन्हों देख के मैं बना रहा भी ये पिक्चर मैं यूट्यूब तो कढ़ी सी इस पिक्चर के नाल मिलता जुलता मैं बना ये देखो इतने लग जाने सुंड और ये जो पार्ट है तकरीबन ये मिलते जुलते तैयार किए बाकी कलरिंग होने बाद ये जो इदा लाइनिंग वो दिखनी शुरू हो जाएगी इदा का कलर हो जाएगा तो मैं लग रहा ये नाल एक काफ़ी अच्छा लगना शुरू हो जाएगा। मैं आवाज़ कौम टीवी का दिलों बहुत बहुत धन्यवाद करता जो मेरे को चल के आ के मेरी कला नू लोकां तक पहुँचाने लई मेरे तक पहुँचे और मैं मान साहब का बड़ा धन्यवादी हाँ जिन्होंने मतलब अपने टाइम दिता और जिन्होंने बड़े अच्छे तरीके नाल बड़े सुलझे हुए अपने जो गलबात तरीके की मैंने बड़ी अच्छी लगी। जो रफेल का मॉडल तैयार किया है साढ़े बहुत ही सत्कारयोग रामपाल जी बैणीवाल आर्टिस्ट जो कि बहुत ही वधिया ढंग नाल इन्होंने एक हिंदुस्तान दे विच एक मिसाल कायम की है एक रफेल का डिजाइन तैयार करके असी यही मंग करते हैं कि मतलब सरकार वालों इन्हों अच्छी तरह जो उपर चक्या जाए तो आने वाले समय के बहुत वधिया आधुनिक चीज़ा तैयार करके मतलब लोगों के दिखा सकते हैं तो लोगों का मनोरंजन करा सकते हैं इसलिए असी यही मंग करते हैं कि जो इन्हों की कला है वो बहुत ये छुपे रुस्तम ने बहुत वड्डी कला इन्होंने परमात्मा ने बख्शी है तो ये रफेल ने एक दसता कि किस तरह मतलब एक रामा मंडी जो कि एक छोटा जा शहर है एक एडा वड्डा कलाकार जो कि आर्टिस्ट है मतलब इत्थे पैदा होए ने ते असी चाहुंदे हैं कि इन्हां नूं परमात्मा दिन दुगनी रात चौगुनी तरक्की बख्शे। सो तुसीं देखिया असी गलबात कीती आर्टिस्ट रामपाल जी नाल जिहड़े कि बहुत ही वधिया कलाकार ने असी पंजाब सरकार नूं गवर्नमेंट नूं अपील करदे आ इस तरह के कलाकारां दी वाह फड़ी जावे ये भी साडे इक सभ्याचार दे अंग ने ता जो ये अगे आ सकन ते इक जिहड़ा
मनोरंजन का साधन साडे लोगों के लिए बनते रहे। पंजाब सरकार जरूर इन्हों की बांह फड़नी चाहिए। सो बहुत बहुत धन्यवाद, अगली बार फिर मिलते हैं। सत श्री अकाल।